ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸ਼ਹੀਦ ਭਗਤ ਸਿੰਘ ਟਰੱਸਟ ਵਜੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ 28 ਸਤੰਬਰ ਹੈ, ਸਾਡੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਹੈਗਾ, ਤੇ ਦੇਸ਼ ਵਿਦੇਸ਼ 'ਚ ਬੈਠੇ ਸਾਰੇ ਸ਼ਰੋਤਾਵਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਤੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਵਾਈਕਟੋ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਸਾਰਿਆਂ ਵਾਸਤੇ ਕੁਛ ਨਾ ਕੁਛ ਐਂਟਰਟੇਨਮੈਂਟ ਦੀ ਪ੍ਰਬੰਧਨ ਕੀਤੀ ਗਈ ਹੈ। ਖਾਣ ਪੀਣ ਦਾ ਸਾਰਾ ਧਿਆਨ ਦਿੱਤਾ ਗਿਆ ਹੈਗਾ, ਤੇ ਸਾਨੂੰ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਇੱਥੇ ਆਓ ਸਾਰੇ, ਤੇ ਵਾਈਕਟੋ ਨੂੰ ਮੌਕਾ ਦਿਓ ਕਿ ਅਸੀਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਤੁਹਾਡੇ ਨਾਲ ਸਾਰਿਆਂ ਨਾਲ ਰਲ ਕੇ ਮਨਾਈਏ। ਤੇ ਇਸ ਪ੍ਰੋਗਰਾਮ ਦੇ ਵਿੱਚ ਫ੍ਰੀ ਫੂਡ ਤੇ ਫ੍ਰੀ ਐਂਟਰੀ ਹੋਊਗੀ, ਕੋਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਵੀ ਕਿ ਉੱਥੇ ਭੁੱਖ ਲੱਗ ਜਾਊਗੀ। ਤੇ ਇਸ ਦੇ ਨਾਲ ਹੀ ਜਿਹੜਾ ਬਹੁਤ ਹੀ ਵਰਾਇਟੀ ਕਲਰ ਪ੍ਰੋਗਰਾਮ ਹੋਵੇਗਾ, ਹਰ ਤਰ੍ਹਾਂ ਦੀਆਂ ਵੰਨਗੀਆਂ ਨਾਲ ਜਿਹੜਾ ਪ੍ਰੋਗਰਾਮ ਸਜਾਇਆ ਹੋਇਆ। ਤੇ ਸਾਡੇ ਵਿਚਾਰ ਹੈ ਕਿ ਸ਼ਹੀਦ ਆਜਮ ਭਗਤ ਸਿੰਘ ਤੇ ਉਹਦੇ ਸਾਥੀ ਸਾਡੇ ਲਈ ਕੁਰਬਾਨੀਆਂ ਕਰ ਗਏ, ਤੇ ਆਓ ਆਪਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ, ਨਵੀਂ ਪੀੜ੍ਹੀ ਨੂੰ ਉਹਨਾਂ ਦੀ ਜਾਣੂ ਪਛਾਣੂ ਕਰਾਉਣ ਦੇ ਲਈ ਕਿ ਉਹਨਾਂ ਦੀ ਕੁਰਬਾਨੀ ਕਿਸ ਮਕਸਦ ਦੇ ਲਈ ਸੀ। ਤੇ ਇਹ ਸਾਰਾ ਕੁਛ ਸਾਡੇ ਲਈ ਜ਼ਰੂਰੀ ਆ। ਵਿਦੇਸ਼ਾਂ ਵਿੱਚ ਰਹਿੰਦੇ ਹੋਏ ਸਾਨੂੰ ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਭੁੱਲਣਾ ਨਹੀਂ ਚਾਹੀਦਾ, ਤੇ ਉਹਨਾਂ ਦਾ ਜਨਮਦਿਨ ਦਾ ਜਿਹੜਾ ਪ੍ਰੋਗਰਾਮ ਦੁਪਹਿਰ ਤੋਂ ਬਾਅਦ ਸ਼ਾਮ ਨੂੰ 59 ਕਲੀਅਰ ਸਟਰੀਟ ਥੀਏਟਰ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ, ਤੇ ਸਾਰੇ ਵੀਰਾਂ ਭੈਣਾਂ ਨੂੰ ਖੁੱਲ੍ਹਾ ਸੱਦਾ, ਆਓ ਪ੍ਰੋਗਰਾਮ ਦੇਖੋ ਤੇ ਉਹਨਾਂ ਨੂੰ ਆਪਾਂ ਯਾਦ ਕਰੀਏ। ਧੰਨਵਾਦ ਜੀ।